ਵਾਲੇਕਮ ਜੀ, ਮੈਂ ਆਗਾ ਅਲੀ ਰਜ਼ਾਲਵੀ, ਤੁਸੀਂ ਦੇਖ ਰਹੇ ਹੋ ਮੇਰਾ ਔਫੀਸ਼ੀਅਲ ਯੂਟਿਊਬ ਚੈਨਲ। ਅੱਜ ਦਾ ਚੀਜ਼ ਤੁਹਾਡੀ ਇੱਕ ਐਸੀ ਮੌਜੂ 'ਤੇ ਗੁਫ਼ਤਗੂ ਕਰਨ ਲੱਗੇ ਹਾਂ, ਅਤੇ ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਹਿਲਾਂ ਤਾਰਫ ਕਰਾ ਦਿਆਂ ਕਿ ਅੱਜ ਅਸੀਂ ਆਏ ਹਾਂ ਇੱਕ ਕਾਰਖਾਨੇ 'ਤੇ। ਇਸ ਕਾਰਖਾਨੇ ਦੇ ਵਿੱਚ ਭੈਣ ਨੇ ਸਾਡੇ ਭੈਣ ਬੱਗਾ ਜੀ ਕੰਮ ਕਰ ਰਹੇ ਨੇ ਸਿਲਾਈ ਦਾ, ਅਤੇ ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਅਗਰ ਕਿਸੇ ਨੇ ਆਪਣਾ ਧੀ ਪੁੱਤਰ ਕਾਰੀਗਰ ਕਰਾਉਣਾ ਹੋਏ ਸਿਲਾਈ ਦੇ ਕੰਮ ਦੇ ਉੱਤੇ, ਅਗਰ ਉਹ ਸਿਲਾਈ ਸਿਖਾਉਣਾ ਚਾਹੁੰਦਾ ਹੈ ਅਤੇ ਉਹਨੂੰ ਦਰਜ਼ੀਆਂ ਦੇ ਕੰਮ 'ਤੇ ਤੁਸੀਂ ਜ਼ਰੂਰ ਪਾਓ। ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਦਰਜ਼ੀਆਂ ਦੇ ਕੰਮ 'ਤੇ ਨਾ ਪਾਓ, ਲੇਕਿਨ ਅਗਰ ਉਹਦੇ ਵਿੱਚ ਇੱਕ ਖਾਮੀ ਹੋਏ, ਜਿਹੜੀ ਕਿ ਅਸੀਂ ਤੁਹਾਨੂੰ ਵੀਡੀਓ 'ਚ ਵਿਖਾਉਣ ਲੱਗੇ ਹਾਂ, ਸਾਡੇ ਕੋਲ ਇੱਕ ਮੁੰਡਾ ਹੈ ਉਹਦੇ 'ਚ ਖਾਮੀ ਹੈ, ਅਤੇ ਉਹ ਦੂਰ ਕਿਹੜੀ ਕਰਨੀ ਹੈ, ਅਤੇ ਉਹ ਵੀ ਤੁਹਾਨੂੰ ਅਸੀਂ ਵੀਡੀਓ ਦੇ ਐਂਡ 'ਤੇ ਦੱਸਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਡੀ ਸਾਰੇ ਕਾਰੀਗਰਾਂ ਦੇ ਨਾਲ ਮੁਲਾਕਾਤ ਕਰਾਵਾਂਗਾ, ਫਿਰ ਉਹ ਮੁੰਡੇ 'ਚ ਜਿਹੜੀ ਖਾਮੀ ਹੈ ਉਹ ਕੀ ਸੀ, ਅਤੇ ਉਹ ਦੂਰ ਕਰਨ ਵਾਸਤੇ ਜਿਹੜਾ ਕੁਲੀਆ ਲਾਇਆ ਉਹ ਕੀ ਹੈ। ਵੀਡੀਓ ਤੁਸੀਂ ਲਾਜ਼ਮੀ ਵੇਖਣੀ ਹੈ, ਇਹਦੇ ਵੀਡੀਓ 'ਚ ਤੁਹਾਨੂੰ ਫਾਇਦਾ ਹਾਸਲ ਹੋਏਗਾ ਕਿ ਉਹ ਖਾਮੀ ਕਿਹੜੀ ਹੈ ਅਤੇ ਖਾਮੀ ਦੂਰ ਕਰਨ ਦਾ ਤਰੀਕਾ ਕੀ ਹੈ। ਵੀਡੀਓ ਐਂਡ ਤੱਕ ਵੇਖਿਆ ਜੇ, ਚਲੋ ਮੈਂ ਤੁਹਾਡੀ ਮੁਲਾਕਾਤ ਕਰਾਉਣਾ ਸਾਰਿਆਂ ਦਰਜ਼ੀਆਂ ਦੇ ਨਾਲ, ਅਤੇ ਜਿਹੜੇ ਕਾਰਖਾਨੇ ਆਏ ਆ ਉੱਥੇ ਕਿੰਨੇ ਕਾਰੀਗਰ ਬੈਠੇ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਹੋਇਆ ਸੀ ਅਤੇ ਅੱਗੇ ਇਹ ਮਸ਼ੀਨ 'ਤੇ ਬੈਠੇ ਨੇ ਭੈਣ ਬੱਗਾ ਜੀ। ਭੈਣ ਜ਼ਰਾ ਹੱਥ ਲਾ ਦਿਆ ਜੇ, ਇੱਧਰ ਵੇਖਿਆ ਜੇ। ਲਓ ਜੀ, ਇਹ ਬਿਸਤਰਾ ਪਿਆ ਜੀ ਜਿੱਥੇ ਸਾਡੇ ਕਾਰਖਾਨੇ ਦੇ ਆਨਰ ਸਾਹਿਬ ਸੌਂਦੇ ਨੇ, ਰਾਤ ਨੂੰ ਇੱਥੇ ਹੀ ਉਹ ਆਰਾਮ ਫਰਮਾਉਂਦੇ ਨੇ। ਇਹ ਹਸਨ ਭਾਈ ਨੇ, ਇਹ ਜੀ ਮਾਸਟਰ ਅਮਰ ਸਾਹਿਬ ਨੇ, ਇੱਧਰ ਵੇਖਿਆ ਜੇ ਜੀ। ਇਹ ਭੈਣ ਸ਼ੌਕਤ ਨੇ, ਇਹ ਇੱਥੇ ਇਹਨਾਂ ਦੀ ਤਸਵੀਰ ਕਿਉਂ ਨਹੀਂ ਸਹੀ ਆ ਰਹੀ। ਇਹ ਸ਼ੌਕਤ ਸਾਹਿਬ ਹੱਥ ਲਾ ਦਿਆ ਜ਼ਰਾ। ਹੁਣ ਅਸੀਂ ਤੁਹਾਨੂੰ ਉਹ ਚੀਜ਼ ਵਿਖਾਉਣ ਲੱਗਿਆ ਕਿ ਜਿਹੜੀ ਤੁਸੀਂ ਆਪਣੇ ਧੀਆਂ ਪੁੱਤਰਾਂ ਨੂੰ ਅਗਰ ਕੰਮ ਸਿਖਾਉਂਦੇ ਹੋ ਅਤੇ ਉਹਨਾਂ ਦੇ ਵਿੱਚ ਉਹ ਖਾਮੀ ਆਉਂਦੀ ਹੈ ਅਤੇ ਉਹਦਾ ਹੱਲ ਕੀ ਹੈ। ਇਹ ਹਸਨ ਭਾਈ ਵੇਖ ਰਹੇ ਹੋ, ਇਹ ਕੰਮ ਸਿੱਖਣ ਆਏ ਸਨ। ਹਸਨ ਭਾਈ ਇੱਧਰ ਵੇਖਿਆ ਜੇ, ਅਤੇ ਇਹ ਇਹਨਾਂ ਦੇ ਅੱਗੇ ਜਿਹੜਾ ਲੱਗਾ ਹੈ ਨਾ, ਇਹ ਮੈਕ ਨਹੀਂ, ਇਹ ਪੇਚਕਸ ਹੈ। ਅਤੇ ਉਹ ਕਿਉਂ ਮੰਨੇ ਆ, ਇਹ ਜ਼ਰਾ ਸਿਲਾਈ ਲਾਉਂਦੇ ਨੇ ਤੁਹਾਨੂੰ ਦੱਸਦੇ ਹਾਂ। ਸਿਲਾਈ ਲਾਇਆ ਜੇ, ਬਿਲਕੁਲ ਸਿੱਧੇ ਖਲੋਤੇ ਨੇ। ਇਹ ਸੀ ਖਾਮੀ ਨੂੰ ਹੱਲ ਕਰਨ ਦਾ ਤਰੀਕਾ। ਇਹਨਾਂ ਦੀ ਖਾਮੀ ਕੀ ਸੀ, ਇਹ ਹੁਣ ਤੁਹਾਨੂੰ ਖਾਣਿਆ। ਇਹ ਸਿਲਾਈ ਲਾਉਂਦੇ ਨੇ ਮਸ਼ੀਨ ਦੇ ਵਿੱਚ ਵੜ ਕੇ, ਅਤੇ ਇਹ ਇੱਥੇ ਬੰਨਿਆ ਕਿਉਂ ਹੈ ਕਿ ਮਸ਼ੀਨ ਦੇ ਵਿੱਚ ਨਾ ਵੜਨ ਅਤੇ ਸਿਲਾਈ ਸਿੱਧਿਆਂ ਹੋ ਕੇ ਲਾਉਣ। ਅਗਰ ਤੁਹਾਡਾ ਕੋਈ ਬੱਚਾ ਕੰਮ ਸਿੱਖ ਰਿਹਾ ਦਰਜ਼ੀਆਂ ਦਾ, ਅਤੇ ਉਹਨੂੰ ਇਹ ਚੀਜ਼ ਤੋਂ ਬਾਜ਼ ਕਰੋ, ਉਹਦੀ ਨਜ਼ਰ ਵੀ ਵੀਕ ਹੋ ਸਕਦੀ ਹੈ, ਉਹ ਕੰਮ ਇਹ ਪੱਠਿਆਂ ਨੂੰ ਖਿੱਚ ਲੱਗਦੀ ਹੈ ਕੰਮ ਕਰਨ ਲੱਗਿਆ, ਅਤੇ ਜਿੰਨਾ ਦੂਰ ਰਹਿ ਕੇ ਕੰਮ ਕਰੇਗਾ ਉਨਾ ਉਹਦੇ ਵਾਸਤੇ ਈਜ਼ੀ ਹੋਏਗਾ ਅਤੇ ਲੌਂਗ ਟਾਈਮ ਕਰੇਗਾ। ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਇਹਨੂੰ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ, ਅਤੇ ਕਮੈਂਟਸ ਜ਼ਰੂਰ ਦੱਸਣਾ ਕਿ ਵੀਡੀਓ ਕਿੰਨੀ ਲੱਗੀ ਹੈ। ਨੈਕਸਟ ਟਾਈਮ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਉਦੋਂ ਤੱਕ ਲਈ ਅੱਲਾ ਹਾਫਿਜ਼।